दस दस हजार दिया पांच गुथियां जानी के 50,000 रुपया नगद इनाम का भेजे भेजना ही होजना ही होडा वा बहादरी का काम जो किया बड़ा वाला बहादरी का काम किया जी ला फिर रुलिया राम मीरजादा जी जी आ जरा इना वाला बहादरी का काम किया आप एक बार फिर पढ़ लीए दोबारा इन बिलकुल जी जरूर पढ़ जिस बंदे का ढिड मोटा सारा होंगे वो बंदा जरूरत तो वध खांदा जेड़ा जरूरत तो वध खांदा है वो बंदा हराम दी खांदा है जेड़ा हराम दी खांदा है वो बंदा प्रेस्ट होंदा जेड़ा प्रेस्ट होंदा है उस बंदे दा ढिड मोटा सारा होंदा उस बंदे दा ढिड मोटा सारा होंदा है लिख तुम रुलिया राम मीर जादा रुलिया राम मीर जादा हाँ ते फिर रुलिया राम मीर जादा जी जी दईए तुहानू तुहाडा इनाम जी जरूर देवो पर तक दूर होके देवो डर बड़ा लगता है ओ भाई रुलिया राम मीर जादा जी हुण ना डरया करो ये तुहाडी अपनी सरकार है तुहाडी अपनी बनाई हुई एवें ना डरया करो डरना तो सानू चाहिए वर्गे लोगों तो इंज करो रुलिया राम मीर जादा जी जी तुसी ओ थे जाके बैठो दईए तुहानू तुहाडा इनाम बह गया ओ इत्थे नहीं बहना इधर आके बैठो आहो बह गया खड़े हो जो हो गया ਤੁਸੀਂ ਇੱਦਾਂ ਕਰੋ ਰੁਲੀਆ ਰਾਮ ਮੀਰਜ਼ਾਦਾ ਜੀ ਜੀ ਤੁਸੀਂ ਲੰਮੇ ਪੈ ਜਾਓ ਲੰਬਾ ਪਾ ਕੇ ਦਿਓਗੇ ਓ ਬਾਈ ਇਹ ਤੁਹਾਡੀ ਚੁਣੀ ਹੋਈ ਸਰਕਾਰ ਦਾ ਇਨਾਮ ਹੈ ਲੰਮਾ ਪੈ ਕੇ ਮਿਲਦਾ ਹੁੰਦਾ ਜਿੰਨੀ ਛੇਤੀ ਪਵੋਗੇ ਉਨੀ ਛੇਤੀ ਇਨਾਮ ਮਿਲੂਗਾ ਲੰਮਾ ਪੈ ਗਿਆ ਚੰਗੀ ਤਰ੍ਹਾਂ ਪੈ ਜਾਓ ਸਿੱਧੇ ਜੇ ਹੋ ਜਾਓ ਵਾਹ ਹੈਲੋ ਰੁਲੀਆ ਰਾਮ ਮੀਰਜ਼ਾਦਾ ਜੀ ਲੱਗਿਆ ਤੁਹਾਨੂੰ ਤੁਹਾਡੀ ਚੁਣੀ ਹੋਈ ਸਰਕਾਰ ਦਾ ਇਨਾਮ ਮਿਲਣਾ ਉਹ ਮਰਾਸੀਆ ਪਹਿਲਾਂ ਮੈਨੂੰ ਐ ਦੱਸ ਢਿੱਡ ਕਿਹਦਾ ਵੱਡਾ ਹੁੰਦਾ ਜਿਹੜਾ ਬੰਦਾ ਜ਼ਰੂਰਤ ਤੋਂ ਵੱਧ ਖਾਂਦਾ ਏ ਜਿਹੜਾ ਜ਼ਰੂਰਤ ਤੋਂ ਵੱਧ ਖਾਂਦਾ ਤੇਰੀ ਮਾਂ ਦੀ ਮੇਰਿਆ ਖਾਇਆ ਜਾਵੇਂਗਾ ਕਿੱਥੇ मैनू ए दस सारे तो वड्डा भ्रिष्ट मेरिया सालिया तेनू मही दिसे सी ना तेनू सालिया ओ ना दिसे आ जेड़े लुट लुट के पंजाब नू जाके चंडीगढ़ विच कोठियां पाई जांदे आ मेरिया सालिया तेनू ओ ना दिसे ओ ना दिसे ना तेनू ओ ना दिसे ओ ना दिसे तेनू खराब आज दिसे दा पए सी ओ बड़ी दूर बैठे ने ਤੁਸੀਂ ਮੇਰੇ ਨਜ਼ਰ ਆ ਗਏ ਚਾ ਕੁੱਟ ਦੂੰ ਮੇਰੇ ਸਾਲੇ ਦੀਆਂ ਸਾਲਾ ਬਾਂਦਰੀਆ ਸਿੱਧਾ ਖੜੋ ਐਂ ਖੜਾ ਐਂ ਜਿਵੇਂ ਮੈਂ ਖੜਾ ਐਂ ਖੜ ਅੰਦਰ ਕਰ ਸਾਲਾ ਸਾਡੀ ਰੀਸ ਕਰਦਾ ਲੈ ਲਿਆ ਨਿਆਮ ਬਿਲਕੁਲ ਜੀ ਲੈ ਲਿਆ ਉਹ ਫੈਲ ਚੱਕ ਕੇ ਲਿਆ ਓਏ ਛੇਤਰ ਮਾਰੂ ਸਾਲੇ ਦੇ ਫੈਲ ਚੱਕ ਉੱਧਰ ਰੱਖ ਉੱਤੇ ਰੱਖ ਦੇ ਤੇ ਲੈ ਲਿਆ ਇਨਾਮ ਹੋਰ ਚਾਹੀਦਾ ਨਾ ਜੀ ਬਿਲਕੁਲ ਨੀ ਚਾਹੀਦਾ ਰੱਖਣ ਨੂੰ ਥਾਂ ਨੀ ਰਹੀ ਵੇਖ ਲਾ ਜੇ ਹੋਰ ਚਾਹੀਦਾ ਤਾਂ ਚੰਗਾ ਫਿਰ ਸਿੱਧਾ ਘਰ ਨੂੰ ਵਗ ਜਾ ਨਾਲੇ ਮੈਨੂੰ ਐਂ ਦੱਸੋ ਤੁਹਾਡੀ ਆ ਬਣਾਈ ਹੋਈ ਸਰਕਾਰ ਨੂੰ ਆ ਸਾਡੇ ਵੱਡੇ ਅਫਸਰਾਂ ਨੂੰ ਕੁਝ ਹੋਰ ਕਹਿਣਾ ਉਹ ਕੁਛ ਸੁਨੇਹਾ ਸੁਨੂਹਾ ਲਾਉਣਾ ਉਹਨਾਂ ਨੂੰ ਜ਼ਰੂਰ ਕਹਿਣਾ ਹੈ ਜ਼ਰੂਰ ਕਹਿਣਾ ਹੈ ਛੇਤੀ ਪਾ ਕੋਏ ਉਹਨਾਂ ਨੂੰ ਆਖਣਾ ਤੁਹਾਡੀ ਕਹਿਣੀ ਤੇ ਕਰਨੀ ਵਿੱਚ ਕੋਈ ਫਰਕ ਓਏ ਸਾਲਿਆ ਸਾਡੀ ਸਰਕਾਰ ਦੇ ਖਿਲਾਫ ਬੋਲਦਾ ਸਾਲਿਆ ਸਾਡੇ ਅਫਸਰਾਂ ਨੇ
ਸਾਡੇ ਅਫਸਰਾਂ ਦੇ ਖਿਲਾਫ ਬੋਲਦਾ। ਖੋਚਾ ਕੁੱਟ ਦੂ ਖੋਚਾ ਮੇਰੇ ਸਾਲੇ ਦੀਆਂ, ਸਾਲਾ ਭੈਣ ਦਾ ਫੁੱਫੜ ਨਾ ਹੋਵੇ ਤਾਂ। ਜਾਗ ਓਏ ਬੰਦੇ ਆ ਜਾਗ, ਜਾਗ ਓਏ ਬੰਦੇ ਆ ਜਾਗ, ਕਿਸਮਤ ਨੂੰ ਸੰਵਾਰ, ਰਿਸ਼ਵਤ ਖੋਰ ਤੇ ਚੋਰ ਸਿਆਸਤਦਾਨਾਂ ਨੂੰ ਵੰਗਾਰ। ਜਾਗ ਓਏ ਬੰਦੇ ਆ ਜਾਗ, ਜਾਗ ਓਏ ਬੰਦੇ ਆ ਜਾਗ, ਕਿਸਮਤ ਨੂੰ ਸੰਵਾਰ। ਮਰਾਸੀਆ ਤੂੰ ਚੱਲ, ਮੈਂ ਆਪੇ ਕੱਲ ਲੀਡਰਾਂ ਨਾਲ ਗੱਲ ਕਰਾਂਗਾ। ਚੰਗਾ ਬਾਬਾ ਜੀ, ਚੱਲਦਾ ਵਾ। ਭਾਈ ਮੰਨਾ ਸਿੰਘ, ਮਰਾਸੀ ਨੂੰ ਦੱਸਦੇ ਕਿ ਇਹਨਾਂ ਲੀਡਰਾਂ ਨੇ ਆਪਣੀ ਬੇੜੀ ਤੇ ਰੋੜਨੀ ਹੈ, ਪਰ ਨਾਲ ਦੇਸ਼ ਦੀ ਬੇੜੀ ਵੀ ਰੋੜ ਦੇਣਗੇ। ਇਸ ਬੰਦੇ ਦੀ ਆਦਤ ਨਹੀਂ ਗਈ, ਮਰਾਸੀ ਬਣੇ ਤਾਂ ਬਾਜ ਨਹੀਂ ਆਇਆ, ਬਹਿ ਗਿਆ ਹੁਣ ਥਾਣੇ 'ਚ ਕੁਰਸੀ ਨਾਮਾ ਸੁਣਾਉਣ। ਨਾਲੇ ਕਿਹਾ ਸੀ ਵੀ ਸਿੱਧਾ ਘਰੇ ਆਈ, ਮਰ ਜਾਣੇ ਦਾ ਕੁੜੇ ਆਉਂਦਾ ਡਿੱਗਦਾ ਢੈਂਦਾ। ਦਾਰੂ ਪੀ ਕੇ ਆਏ ਤੂੰ? ਤੈਨੂੰ ਕਿਹਾ ਸੀ ਸਿੱਧਾ ਨਾਮ ਲੈ ਕੇ ਘਰੇ ਆਈ ਬੇ, ਤੂੰ ਨਾਮ ਲੈ ਆਇਆ? ਲੈ ਦਿਖਾ 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 ਮੈਨੂੰ ਬੇ, ਦਿਖਾ ਦੇ ਦਿਖਾ ਤਾਂ ਸਹੀ, ਮੈਂ ਕਿਹੜਾ ਲੈ ਕੇ ਭੱਜ ਚੱਲੀ ਆ, ਮਰ ਜਾ ਦਿਖਾ। ਕੀ ਹੋ ਗਿਆ ਤੈਨੂੰ? ਵਿਖਾ ਤੇ ਦੇਵਾਂ, ਜੇ ਇੱਥੇ ਵਿਖਾ ਦਿਆ ਲੋਕ ਖੋ ਲੈਣਗੇ। ਅੰਦਰ ਚੱਲ, ਅੱਛਾ ਅੰਦਰ ਚੱਲ ਕੇ ਵਿਖਾਵਾਂਗਾ। ਚੱਲ ਤੂੰ ਛੇਤੀ ਛੇਤੀ ਜਾ ਕੇ ਤਵਾ ਗਰਮ ਕਰ, ਰੂਹ ਦੀ ਫੰਬਾ ਲੈ ਕੇ ਇਨਾਮ ਦੀ ਗੱਤੀਆਂ ਦਾ ਸੇਕ ਕਰ, ਗੱਤੀਆਂ ਠੰਡੀਆਂ ਹੋ ਗਈਆਂ ਨੇ। ਕਦੀ ਜਲਸੇ ਤੇ ਵਕਤ ਸਿਰ ਨਹੀਂ ਪਹੁੰਚਣਗੇ, ਲੋਕਾਂ ਨੂੰ ਉਡੀਕ ਵਿੱਚ ਰੱਖਣਗੇ, ਸਰਕਾਰੀ ਬੰਦੇ ਨੇ, ਉਹ ਵੀ ਕਦੀ ਵਕਤ ਸਿਰ ਨਹੀਂ ਆਣਗੇ। ਭਗਤ ਤਾਂ ਕਦੀ ਵੀ ਲੇਟ ਨਹੀਂ ਹੋਇਆ, ਅੱਜ ਪਤਾ ਨਹੀਂ ਕੀ ਹੋ ਗਿਆ। ਆ ਗਿਆ ਭਗਤਾ। ਕਿੱਥੋਂ ਆਇਆ? ਤੇਰਾ ਹਾਲ ਕੀ ਬਣਿਆ? ਬਾਬਾ ਜੀ ਬਣਿਆ ਨੀ, ਅਗਲਿਆਂ ਬਣਾਇਆ। ਅਗਲਿਆਂ ਬਣਾਇਆ? ਕਿੱਥੋਂ ਆਇਆ? ਬਾਬਾ ਜੀ ਮੈਂ ਥਾਣੇ ਚਲਾ ਗਿਆ ਸੀ ਚੋਰੀ ਦੀ ਰਿਪੋਰਟ ਲਿਖਾਉਣ। ਚੋਰੀ ਦੀ ਰਿਪੋਰਟ? ਉਹ ਚੋਰੀ ਦੀ ਰਿਪੋਰਟ ਤੇਰੇ ਕੋਲ ਹੈ ਕੀ ਇਹ ਜਿਹੜਾ ਚੋਰੀ ਹੋ ਗਿਆ? ਬਾਬਾ ਜੀ ਮੇਰੇ ਕੋਲ ਸਭ ਕੁਝ ਹੈ, ਅਜੇ ਦੂਜਿਆਂ ਕੋਲ ਹੁੰਦਾ। ਗਹਿਣਾ ਗੱਟਾ ਤੇਰੇ ਕੋਲ ਨਹੀਂ, ਪੈਸਾ ਧੇਲਾ ਤੇਰੇ ਕੋਲ ਨਹੀਂ, ਮਾਲ ਡੰਗਰ ਤੇਰੇ ਕੋਲ ਨਹੀਂ, ਹੈ ਤੇਰਾ ਕੀ ਚੋਰੀ ਹੋ ਗਿਆ? ਬਾਬਾ ਜੀ ਮੇਰੇ ਦਿਲ ਦੀ ਸ਼ਾਂਤੀ, ਮੇਰੇ ਮਨ ਦਾ ਚੈਨ ਚੋਰੀ ਹੋ ਗਿਆ। ਤੇ ਮੈਂ ਸੁਣਿਆ ਸੀ ਜੋ ਚੋਰੀ ਹੋ ਜਾਏ ਫਿਰ ਥਾਣੇ ਰਿਪੋਰਟ ਲਿਖਾਉਣ ਜਾਣਾ ਪੈਂਦਾ। ਤਾਂ ਤੂੰ ਥਾਣੇ ਚਲਾ ਗਿਆ? ਹਾਂ ਬਾਬਾ ਜੀ ਮੈਂ ਥਾਣੇ ਚਲਾ ਗਿਆ, ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਕਿਆ ਕਮਾਲ ਦੀ ਜਗ੍ਹਾ, ਇਹ ਉਹ ਥਾਂ ਹੈ ਜਿੱਥੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਇਆ ਜਾਂਦਾ। ਸਾਡੇ ਸਮਾਜ ਦੀਆਂ ਜਿੰਨੀਆਂ ਵੀ ਗੰਦੀਆਂ ਗਾਲਾਂ ਨੇ ਨਾ, ਉਹਨਾਂ ਦਾ ਜਨਮ ਇਸ ਪਵਿੱਤਰ ਸਥਾਨ ਤੋਂ ਹੀ ਹੁੰਦਾ। ਜਿੱਡੀ ਵੱਡੀ ਗਾਲ ਉੱਡੀ ਵੱਡੀ ਤਰੱਕੀ, ਜਿੱਡਾ ਵੱਡਾ ਢਿੱਡ ਉੱਡਾ ਵੱਡਾ ਥਾਣੇਦਾਰ। ਸਾਰਾ ਹਫ਼ਤਾ ਨਹੀਂ ਸੀ ਦਿੰਦਾ ਮਾਲੇ ਨੂੰ, ਸਾਰਾ ਹਫ਼ਤਾ ਤਾਂ ਤੇਰਾ ਪਿਓ ਵੀ ਦਊ ਹੋਣਾ। ਤੂੰ ਚਲਾ ਜਨਾਬ, ਮੇਰੀ ਚੋਰੀ ਹੋ ਗਈ।